ਮੱਕੀ ਪੀਰ ਮੱਕੀ ਸਾਹਿਬ ਨੂੰ ਤੁਹਾਡੇ ਵਾਲਦ ਨੇ ਜੀ। ਅੱਛਾ ਅੱਛਾ ਤੁਸੀਂ ਉਹਨਾਂ ਦੀ ਬੇਟੀ? ਭਾਈ ਨੇ ਉਹਨਾਂ ਦੀ ਬੇਟੀ ਹਾਂ ਮੈਂ। ਅੱਛਾ ਅੱਛਾ ਪੀਰ ਮੱਕੀ ਸਾਹਿਬ ਦੀ। ਅੱਛਾ ਭਾਈ ਸਾਹਿਬ ਮੈਨੂੰ ਗੱਲ ਦੱਸੋ ਕਿ ਤੁਸੀਂ ਪਕੌੜੇ ਬਣਾ ਰਹੇ ਹੋ ਜੀ ਜੀ ਤੇ ਇਹ ਸਾਦੇ ਹੀ ਨੇ ਕਿ ਤੇ ਭੰਗ ਵਾਲੇ ਤੇ ਨਹੀਂ? ਸਾਰੇ ਭੰਗ ਵਾਲੇ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਪਾਉਂਦੇ ਨੇ, ਸ਼ਰੀਫ ਆਦਮੀ ਨਹੀਂ ਕੋਈ ਪਾਉਂਦਾ। ਹੋਰ ਤਰ੍ਹਾਂ ਦੇ ਹੋਣਗੇ, ਬੜੇ ਖੂਬਸੂਰਤ ਔਰ ਪੂਰੇ ਡਿਊਟੀ ਵਾਲੇ ਜਿੰਨ ਹੋਣਗੇ। ਕਿ ਦੇਖੋ ਅਕਸਰ ਦਰਬਾਰਾਂ ਦੇ ਉੱਤੇ ਚਰਸ ਚੱਲ ਰਹੀ ਹੁੰਦੀ ਸਰ, ਉਹਨਾਂ ਦੇ ਆਪਣੇ ਫੇਲ ਨੇ। ਮੁਤਾਬਕ ਜਿੰਦਾ ਉੱਤੇ ਚਲੇ ਗਏ ਨੇ? ਹਾਂਜੀ। ਅੱਛਾ ਜੀ, ਠੀਕ। ਅੱਛਾ ਭਾਈ ਸਾਹਿਬ ਸ਼ਾਹ ਜਮਾਲੀਆ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਨਾਂ ਬੜਾ ਖੂਬਸੂਰਤ ਹੈ, ਇਹ ਕਿੰਨੇ ਰੱਖਿਆ ਤੁਹਾਡਾ ਨਾਂ? ਇਹ ਜੀ ਮੇਰਾ ਨਾਮ ਮੇਰਾ ਬਾਬਾ ਮਾਈਕਲ ਸਰਕਾਰ ਨੇ। ਮਾਈਕਲ ਸਰਕਾਰ ਬਾਬਾ। ਅਸਲਾਮ ਅਲੈਕੁਮ ਨਾਜ਼ਰੀਨ ਕਰਾਮੀ, ਮੈਂ ਨਾ ਸਾਜਿਦ, ਤੁਸੀਂ ਦੇਖ ਰਹੇ ਹੋ ਵਾਈਡ ਐਂਗਲ ਪੰਜਾਬੀ ਤੇ ਇਸ ਟਾਈਮ ਮੈਂ ਮੌਜੂਦ ਹੀ ਗਵਾਂ ਜੀ ਲਾਹੌਰ ਦੇ ਵਿੱਚ ਇੱਕ ਮਲੰਗਾ ਦੇ ਡੇਰੇ ਦੇ ਉੱਤੇ ਤੇ ਚਲਾਓ ਅੱਜ ਤੁਹਾਨੂੰ ਮਲੰਗਾ ਦੇ ਨਾਲ ਮਿਲਾਉਂਦੇ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਨੇ ਆ ਔਰ ਤੁਹਾਨੂੰ ਦੱਸਾਂਗੇ ਕਿ ਮਲੰਗ ਕਿਸ ਟਾਈਪ ਦੀ ਜ਼ਿੰਦਗੀ ਗੁਜ਼ਾਰਦੇ ਨੇ ਔਰ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ। ਤੇ ਚਲੋ ਜੀ ਚੱਲਦੇ ਹਾਂ ਮਲੰਗਾਂ ਦੇ ਕੋਲ ਔਰ ਚੱਲ ਕੇ ਉਹਨਾਂ ਨਾਲ ਕੋਈ ਗੱਲਬਾਤ ਕਰਨੇ ਆ ਜੀ। ਨਾਜ਼ਰੀਨ ਇੱਥੇ ਮੇਰੇ ਨਾਲ ਮੌਜੂਦ ਨੇ ਭਾਈ ਸਾਹਿਬ ਸ਼ਾਹ ਜਮਾਲੀਏ ਤੇ ਚਲੋ ਇਹਨਾਂ ਕੋਲ ਪੁੱਛਨੇ ਆ ਜੀ ਕਿ ਕਿੰਨੀ ਦੇਰ ਤੋਂ ਇਸ ਲਾਈਨ ਦੇ ਵਿੱਚ ਹੈਗੇ ਨੇ ਔਰ ਇਸ ਲਾਈਨ ਦੇ ਵਿੱਚ ਇਹਨਾਂ ਨੇ ਕੀ ਕੁਛ ਹੋਇਆ, ਕੀ ਕੁਛ ਪਾਇਆ ਔਰ ਕਿੰਨਾ ਟਾਈਮ ਇਹਨਾਂ ਨੇ ਸਪੈਂਡ ਕੀਤਾ ਇਸ ਚੀਜ਼ ਦੇ ਵਿੱਚ ਔਰ ਜਿਹੜੀਆਂ ਵਿਚਲੀਆਂ ਗੱਲਾਂ ਨੇ ਉਹ ਇਹਨਾਂ ਕੋਲ ਚੱਲ ਕੇ ਪੁੱਛਦੇ ਆ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਸਾਨੂੰ ਇਹ ਦੱਸੋ ਕਿ ਤੁਸੀਂ ਇਸ ਲਾਈਨ 'ਚ ਕਦੋਂ ਦੇ ਆਏ ਹੋ? ਸਰ ਮੈਨੂੰ ਹੋ ਗਏ ਨੇ 35-36 ਸਾਲ ਹੋ ਗਏ ਨੇ ਫਕੀਰ ਦੀ ਲਾਈਨ 'ਚ। ਅੱਛਾ। ਭਾਈ ਸਾਹਿਬ ਪਾਣੀ ਵਾਲਾ ਮੇਰਾ ਨਾਮ ਮਸ਼ਹੂਰ ਹੈ। ਅੱਗੋਂ ਮੇਰਾ ਸਰਕਾਰ ਨੇ ਐਡਾ ਵੱਡਾ ਦਮਦਮਾ ਬਾਬਾ ਸ਼ਾਹ ਜਮਾਲ ਦਾ ਮੈਂ ਦੀਵਾਨਾ ਹੈ। ਅੱਛਾ ਜੀ। ਤੋ ਪੂਰੀ ਸੰਗਤ ਫਿਰੀ ਹੈ, ਪਾਕਿਸਤਾਨ ਪੂਰਾ ਸਮਝ ਲਓ। ਅੱਛਾ ਜੀ। ਤੋ ਉਹਨਾਂ ਦੇ ਐਸੇ ਕਰਮ ਮਾਤਾ ਹੈਗੇ ਮੇਰੇ ਮੁਰਸ਼ਦ ਸ਼ਾਹ ਜਮਾਲ ਦੀ, ਉਹ ਦਮਦਮਾ ਹੈ ਪੂਰੇ ਏਸ਼ੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਮੇਰੇ ਮੁਰਸ਼ਦ ਦੇ ਨਾਮ ਨੇ। ਅਸੀਂ ਉਹਨਾਂ ਦਾ ਕਚਹਿਰੀ ਲੈ ਕੇ ਤੁਰਨੇ ਹਾਂ ਪੂਰੇ ਪਾਕਿਸਤਾਨ ਦੇ ਵਿੱਚ ਦਰਬਾਰਾਂ ਦੇ, ਸੇਵਨ ਲਾਲ ਸ਼ਾਹ ਗੁਲੰਦਰ ਅਤੇ ਨੂਰਾਨੀ ਅਤੇ ਲੋਧੀ ਨੇ ਲਾਹੌਰ ਦੇ ਵੀ ਦਰਬਾਰ ਜਿੰਨੇ ਵੀ ਦਾਤਾ ਦੂਰ ਹੋ ਗਏ, ਮੌਜਰੇ ਹੋ ਗਏ, ਸ਼ਾਹ ਲਜਪਾਲ ਹੋਏ ਨੇ, ਉਹਨਾਂ ਦੇ ਅਸੀਂ ਇਸ਼ਕ ਨਾਲ ਤੁਰਨੇ ਹਾਂ। ਜਿਹੜਾ ਮਾਂ ਬਾਪ ਦੀ ਕਦਰ ਦੇ ਨਾਲ ਟੁਰਦਾ ਹੈ ਉਹ ਫਕੀਰੀ ਦੇ ਵਿੱਚ ਵੜਦਾ। ਉਹ ਮਾਂ ਬਾਪ ਐਸੇ ਹੋਣ ਜਿਹੜੇ ਆਪਣੇ ਔਲਾਦ ਨੂੰ ਦੱਸੇ ਵੀ ਫਕੀਰੀ ਦਾ ਮਕਸਦ ਕੀ ਹੈ, ਇੱਕ ਦੂਸਰੇ ਦਾ ਮੁਹੱਬਤ, ਇੱਕ ਦੂਸਰੇ ਦਾ ਪਿਆਰ, ਮਾੜੇ ਮਸਕੀਨ ਨਾਲ ਬਹੁਤਾ ਪਿਆਰ ਰੱਖੋ, ਜਿਹਦੇ ਨਾਲ ਤੁਹਾਡੀ ਇੱਜ਼ਤ ਬਣੇ, ਫਕੀਰ ਵੀ ਰਾਜ਼ੀ ਹੋਵੇ। ਅੱਛਾ ਭਾਈ ਸਾਹਿਬ ਨੂੰ ਇਹ ਦੱਸੋ ਇਹ ਫਕੀਰੀ ਜਿਹੜੀ ਹੈ ਜੀ ਜੀ ਇਹ ਕੀ ਚੀਜ਼ ਹੈ? ਫਕੀਰੀ ਤਾਂ ਕੋਈ ਨਹੀਂ, ਫਕੀਰੀ ਅੰਦਰ ਦੀ ਹੈ। ਅੱਛਾ ਜੀ। ਗੰਦੇ ਮੰਦੇ ਰਹਿ ਕੇ ਫਕੀਰੀ ਨਹੀਂ ਪਾਈ ਜਾਂਦੀ। ਮੈਂ ਅਸੀਂ ਦੇਖਿਆ ਕਈ ਦਫਾ ਕਿੰਨਾ ਲੋਕ ਬੜੇ ਜ਼ਿਆਦਾ ਗੰਦੇ ਹੁੰਦੇ ਨੇ, ਪਿਸ਼ਾਬ ਇੱਕ ਜਗ੍ਹਾ ਤੇ ਕਰ ਰਹੇ ਨੇ, ਸਭ ਕੁਝ ਕਰ ਰਹੇ ਨੇ ਤੇ ਲੇਕਿਨ ਆਪਣੇ ਆਪ ਨੂੰ ਫਕੀਰ ਕਹਲਾ ਰਹੇ ਨੇ, ਉਹ ਫਕੀਰੀ ਹੈ ਜਿਹੜੀ ਤੁਸੀਂ ਕਰ ਰਹੇ ਹੋ? ਫਕੀਰੀ ਉਹ ਫਕੀਰੀ ਨਹੀਂ, ਉਹ ਦੁਕਾਨਦਾਰੀ ਹੈ ਸਰ। ਅੱਛਾ। ਫਕੀਰੀ ਹੋ ਗਈ ਜਿਹੜਾ ਆਪਣੇ ਹੱਥਾਂ ਦੇ ਨਾਲ ਕਿਸੇ ਮਾੜੇ ਮਸਕੀਨ ਦੀ ਡਿਊਟੀ ਦੇ ਰਿਹਾ, ਸੋਹਣਾ ਕਰਕੇ ਪਕਾ ਰਿਹਾ, ਖਵਾ ਰਿਹਾ, ਔਰ ਇੱਜ਼ਤ ਲੈ ਰਿਹਾ, ਕੋਈ ਫਕੀਰ ਆਵੇ ਵਿਹਲਾ ਵੀ ਆਵੇ ਤਾਂ ਕੋਈ ਬਾਤ ਨਹੀਂ, ਸਾਡੇ ਡੇਰੇ 'ਤੇ ਆ ਗਿਆ, ਆਸਥਾਨਾ ਮੇਰੇ ਮੁਰਸ਼ਦ ਦਾ ਸਾਡਾ ਨਹੀਂ ਹੈ। ਅੱਛਾ ਜੀ। ਕਿਉਂਕਿ ਅਸੀਂ ਉਹਦੀ ਡਿਊਟੀ ਨਿਭਾ ਰਹੇ, ਭਾਵੇਂ ਜੈਸਾ ਵੀ ਇਨਸਾਨ ਹੈ। ਉਹਦੇ ਨਾਲ ਡਿਊਟੀ ਕੀ ਤੁਹਾਡੀ? ਡਿਊਟੀ ਹੈਗੀ ਹੈ, ਲੰਗਰ ਚਲਾਈਦਾ ਅੱਲਾਹ ਪਾਕ ਦੇ ਨਾਂ ਦੇ, ਉਹਦੇ ਘਰ ਦੇ ਆਈਦਾ, ਕੋਈ ਚਾਰ ਸਹੇਲੀਆਂ ਬਹਿ ਜਾਂਦੀਆਂ, ਦੋਸਤ, ਰੌਣਕ ਲੱਗ ਜਾਂਦੀ ਹੈ, ਮੁਹੱਬਤ ਹੋ ਗਈ ਹੈ, ਨਮਾਜ਼ ਸਭ ਤੋਂ ਪਹਿਲੇ ਫਕੀਰ ਮੰਗਦਾ, ਨਮਾਜ਼ ਤੋਂ ਬਗੈਰ ਕੋਈ ਕੋਈ ਫਕੀਰੀ ਨਹੀਂ ਹੈ, ਉਹ ਫਕੀਰ ਹੀ ਨਹੀਂ ਹੈ ਜਿਹਨਾਂ ਨਮਾਜ਼ ਨਹੀਂ ਪੜ੍ਹੀ। ਅੱਛਾ। ਨਮਾਜ਼ 5 ਟਾਈਮ ਪੜ੍ਹਦੇ ਹੋ? ਮਾਸ਼ਾਅੱਲਾ ਜੀ, ਸ਼ੁਕਰ ਹੈ ਉਹਦੀ ਦਾਤ ਦਾ ਜੀ। ਠੀਕ ਹੋ ਗਿਆ ਜੀ। ਤੇ ਹੁਣ ਮੈਂ ਇਹ ਦੱਸੋ ਕਿ ਭਾਈ ਸਾਹਿਬ ਤੁਸੀਂ ਇਹ ਹਾਰ ਪਾਏ ਨੇ, ਠੀਕ ਹੈ ਨਾ, ਮੈਨੂੰ ਨਜ਼ਰ ਆਏ ਬੜੇ ਅੱਛੇ ਲੱਗੇ, ਮੈਂ ਤੁਹਾਡੇ ਕੋਲ ਆਇਆ ਪੁੱਛਣ ਵਾਸਤੇ, ਇਹ ਹਾਰ ਪਾਉਣ ਦਾ ਕੀ ਮਕਸਦ ਹੈ? ਹਾਰ ਪਾਉਣ ਦਾ ਨਹੀਂ, ਸਾਡੀ ਆਪਣੀ ਖੁਸ਼ੀ ਹੁੰਦੀ ਹੈ, ਲੋਕੀ ਬਹੁਤੇ ਪਾ ਕੇ ਤਾਂ ਆਪਣੇ ਆਪ ਨੂੰ ਫਕੀਰ ਮੰਨਦੇ ਨੇ। ਅੱਛਾ। ਉਹ ਫਕੀਰੀ ਉਹ ਨਹੀਂ ਗੀ। ਅੱਛਾ। ਇਹ ਤੇ ਕੀਕ ਹੁੰਦੇ ਨੇ ਵੈਸੇ ਵੀ ਪਾਣੇ ਸੁਣਨ ਤੇ, ਠੀਕ ਹੈ, ਇਹ ਤੁਹਾਡੀ ਆਪਣੀ ਰੂਹ ਰਾਜ਼ੀ ਹੋਵੇ ਉਸ ਤਰੀਕੇ ਨਾਲ ਪਾ ਸਕਦੇ ਹੋ। ਜਦੋਂ ਸਾਡਾ ਕੋਈ ਡਿਊਟੀ ਹੁੰਦੀ ਉਸ ਤਰ੍ਹਾਂ ਮੈਂ ਕੰਮ ਕਰਨਾ, ਮਜ਼ਦੂਰ ਆਦਮੀ ਹੈ, ਮਜ਼ਦੂਰੀ ਕਰਕੇ ਆਪਣੇ ਮਸਲਾਂ ਦੀ ਡਿਊਟੀ ਦੇਣਾ। ਅੱਛਾ। ਉਸ ਵੇਲੇ ਤੁਸੀਂ ਖਾਲੀ ਇਹ ਡਿਊਟੀ ਸਰਕਾਰ ਦੀ ਦੇਣ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਹੋ? ਮੈਂ ਜੀ ਰੰਗ ਦਾ ਕੰਮ ਕਰਨਾ। ਅੱਛਾ। ਰੰਗ ਦਾ ਕੰਮ ਕਰਦੇ ਹੋ? ਰੰਗ ਪੇਂਟ ਦਾ ਕੰਮ ਕਰਨਾ, ਮਜ਼ਦੂਰੀ ਕਰਨਾ, ਨੌਕਰ ਮੈਂ ਮੁਰਸ਼ਦ ਸ਼ਾਹ ਜਮਾਲ ਦਾ। ਅੱਛਾ। ਉਹਨਾਂ ਦੀ ਡਿਊਟੀ ਦੇ ਵਿੱਚ ਜਿੱਥੇ ਵੀ ਦੁਨੀਆ ਦੀ ਨੁਕਰ ਤੇ ਹੁੰਦਾ ਮਿਹਨਤ ਦਾ ਕਰਕੇ ਲਾਈਦਾ, ਭਾਵੇਂ ਥੋੜਾ ਲਾ ਦੇਈਦਾ। ਠੀਕ ਹੋ ਗਿਆ। ਤੇ ਇਹ ਜਿਹੜਾ ਲੰਗਰ ਲੱਗ ਰਿਹਾ ਵੇ, ਇਹ ਇਸ ਟਾਈਮ ਦਿਖਾਓ ਜੀ, ਇੱਥੇ ਲੰਗਰ ਚੱਲਦਾ ਪਿਆ ਵੇ, ਲੰਗਰ ਚੱਲ ਰਿਹਾ ਤੇ ਇਹ ਭਾਈ ਜਿਹੜੀ ਪਕਾਰ ਨੇ, ਇਹ ਸਾਰਾ ਕੁਝ ਆਪਣੇ ਪੱਲਿਓ ਚੱਲ ਰਿਹਾ ਜੀ? ਅੱਛਾ। ਤੁਸੀਂ ਆਪਣੇ ਪੱਲਿਓ ਪਾ ਕੇ ਦੇ ਰਹੇ ਹੋ? ਕਿਸੇ ਕੋਲ ਪੈਸਾ ਪੂਸਾ ਨਹੀਂ ਲੈ ਰਹੇ? ਨਹੀਂ, ਕੋਈ ਐਸਾ ਚੱਕਰ ਨਹੀਂ ਗਾ? ਨਹੀਂ ਜੀ ਨਹੀਂ, ਕੋਈ ਆ ਗਿਆ ਔਰ ਆਪਣੇ ਨਸੀਬ ਨੇ ਜੀ ਸਾਰਾ ਸਾਡਾ ਪਕਾ ਕੇ ਬਣ ਦਿਓ। ਠੀਕ ਹੈ, ਅਸੀਂ ਬਿਸਮਿਲਾ ਆਮੇ। ਠੀਕ ਹੈ। ਅੱਛਾ ਹੁਣ ਭਾਈ ਸਾਹਿਬ ਮੈਨੂੰ ਇਹ ਦੱਸੋ ਕਿ ਆਪਣੀ ਫੈਮਿਲੀ ਵੀ ਹੈ? ਹਾਂਜੀ, ਫੈਮਿਲੀ ਵੀ ਆਪਣੀ ਘਰ ਦੇ ਵੀ ਨੇ? ਫੈਮਿਲੀ ਵੀ ਹੈ ਮੇਰੀ, ਮਾਸ਼ਾਅੱਲਾ ਭੈਣ ਭਰਾ ਨੇ ਮੇਰੇ, ਮਾਸ਼ਾਅੱਲਾ 6 ਭਾਈ ਨੇ, 2 ਭੈਣਾਂ ਨੇ।
वालदार वाला साहब फौत हो गए ने। अच्छा। वो मेरा मुर्शद है। उस तो बाद मैंने उन्होंने कहा भी किसी मुर्शद फाड़। मैं अपने बाबा मैं क्या सरकार ने सरकार शाहजमाल के गौ उत्ते ढेरी है सरकार की। अच्छा। उन्होंने मैं मरीज होया उस तो बाद फिर सरकार की ड्यूटी थी बढ़ गई। अच्छा ये सरकार शाहजमाल जेडे ने इन्हों का की सिलसिला वे इन्हों का ना किन्ने रखिया तो मेरा मतलब कि कितों तशरीफ लैके आए लाहौर के बीच कोई पता नहीं पिछले का नहीं पता सर। अच्छा। मेरा सरकार का रूट है आप सरकार का दमदमा है। अच्छा। आप सरकार को पहुँच हो गए अल्लाह ने गुरु पहुँच हो गए ने ठीक हो गया भी समाए गए यानी कि तुम ढे मुताबिक कि वो जिंदा उत्ते चले गए। हाँ जी। अच्छा जी ठीक है क्योंकि उन्होंने किसी ने गौ नहीं वेख्या जमीन के अंदर ही बुरज हो गए दमदमा है। उन्होंने जो धमाल पाते थे बादशाह का महल होंगे जी पिछे नाल ही पागलखाना है। हाँ जी हाँ जी हाँ जी। वो सरकार ने जो जलाली जी आए ने आप सरकार धमाल पाते थे तो पार थले करता चार मंजिला आप सरकार ने वो ऐसे लजपाल होए ने तो जो बादशाह का महल पार ग्रह किया उन्होंने तो बादशाह जिसे नहाते थे सब उन्होंने ग्रह किया उस तो बाद पागलखाना जरा उन्होंने बना दिता सरकार ने। अच्छा अच्छा अच्छा। कौन है ये लोग कहां से आते हैं? तो अच्छा हुन मैं दसो अजकल तुसी इत्थे बाबे मौज दरिया दे डेरे लाए ने जी जी ते ऐ ते ओ ताडी सरकार नहीं है ना मतलब के शाहजमाल अपने नाम मुर्शद दा लेके टुरे। अच्छा मुर्शद दा नाम लेके तुसी टुरे हो ऐ बोर्ड तुसी उना दा लाया है ना सरकार शाहजमाल दा बोर्ड लगा है। अच्छा ना उना दी कचहरी दा बंदा उना नु पता लगे फलाना फलाना डेरे दा मलंग आया है। अच्छा 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 अच्छा। हुन मैं दसो के मलंग ऐ कोई टीम होंदी है कोई मेरा मतलब एक पूरा खानदान होंदा वे नहीं जी की होंदा वे ए बस जमें सी अपने काफले दा बंदा दो चार बंदे लेके टुरे आए हैं। अच्छा अगो फिर जेड़ा जेड़ा ओरे प्यार वाले ने उन्होंने कोल आके बैंदे ने उठदे ने कोई कहंदा यार साईं बाछो ये पका के अल्लाह के नाम का मारा बार दो कुछ ऐसे होता है वो लहदा होता है जो हम अपना करते हैं उसका लहदा एक सिस्टम है। ताडा सिर्फ एक ड्यूटी की है कि जिथे भी मेला होना वे तुसीं अपने सरकार दा बोर्ड उथे जाके लाणा वे ते उन्हां दे नंगर पका के अल्लाह दे नाल ओ वंडना। हां जी। अच्छा भाई साहब शाह जमालिया जी तुसीं मैनूं ए दसो कि ताडा नाम बड़ा खूबसूरत है ए किन्ने रखिया ताडा नाम? ए जी मेरा नाम मेरा बाबा मैकल सरकार ने माइकल सरकार बाबा मैकाइल मैकाइल सरकार ओ किथे हुंदे ने जी? ओ जी हक हो गए ने बाबा शाह जमाल दे नाल कब्रिस्तान उथे उन्हां दा आस्ताना बने है। अच्छा मैं ना रहा उन्हां ने मशहूर कीता। अच्छा उन्होंने ਤੁਹਾਡਾ ਨਾਮ ਉਹਨਾਂ ਨੇ ਰੱਖਿਆ ਵੇ। ਹਾਂਜੀ। ਅੱਛਾ ਹੁਣ ਮੈਨੂੰ ਦੱਸੋ ਕਿ ਇਸ ਲੈਨ ਦੇ ਵਿੱਚ ਆਈਦਾ ਕਿਵੇਂ ਵੇ? ਮੈਂ ਸਰ ਬਚਪਨ ਦਾ ਆਪਣੇ ਦਾਦੇ ਹੋਰਾਂ ਦੇ ਟਾਈਮਾਂ ਦਾ ਸੀ। ਮੇਰੇ ਦਾਦੇ ਦੇ ਟਾਈਮ ਦਾ ਮੈਂ ਛੋਟਾ ਜਿਹਾ ਸੀ ਸਰਕਾਰ ਦੇ ਘਰੋਂ ਸਕੂਲੋਂ ਭਜਣਾ ਸਿੱਧਾ ਸਰਕਾਰ ਦਾ ਆਸ਼ਿਕ ਹੋ ਗਿਆ। ਅੱਛਾ ਘਰ ਕਿੱਥੇ ਸੀ ਆਪਣਾ? ਮੇਰਾ ਘਰ ਜੀ ਬਿਰੋੜ ਪਿਆ ਜੀ। ਕਿੱਥੇ ਜੀ? ਬਿਡਨ ਰੋਡ। ਬਿਡਨ ਰੋਡ ਤੋਂ ਤੁਸੀਂ ਸ਼ਾਹਜਮਾਲ ਜਾਂਦੇ ਸੋ ਇਛਰੇ? ਇਛਰੇ। ਠੀਕ ਹੈ। ਪੈਦਲ ਜਾਂਦੇ ਸੀ ਜੀ। ਪੈਦਲ ਉੱਥੇ ਜਾ ਕੇ ਉੱਥੇ ਬੈਠ ਬੈਠ ਰਹਿਣਾ? ਹਾਂਜੀ ਡਿਊਟੀ ਦੇਣੀ ਸਰਕਾਰ ਨੂੰ ਵੇਖਣਾ ਚਾਰਜ ਕਰਨੀ ਕਿਸੇ ਨੇ ਪਾਣੀ ਮੰਗਿਆ ਫੌਰਨ ਪਾਣੀ ਭੇਜ ਦਿੱਤਾ। ਅੱਛਾ ਖਿਦਮਤ ਕਰਦੇ ਰਹੇ ਹੋ? ਹਾਂਜੀ। ਅੱਛਾ ਅੱਛਾ ਇਸ਼ਕ ਦੇ ਚੱਕਰ ਜੀ। ਠੀਕ ਹੈ। ਹਾਂਜੀ ਉਸ ਤੋਂ ਬਾਅਦ ਸਰਕਾਰ ਨੇ ਫਿਰ ਐਸਾ ਫਿਰ ਰੱਖਿਆ ਰੰਗ ਉਹਨੇ ਕਿ ਫਿਰ 5-10 ਸਾਲ 15 ਸਾਲ 20 ਸਾਲ ਅਸੀਂ ਡਿਊਟੀ ਦਿੱਤੀ ਸ਼ਬੀਲ ਦੀ। ਉਸ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਤੁਹਾਨੂੰ ਹੁਣ ਸਾਡੀ ਵਾਰੀ ਹੋਰ ਹੈਗੀ ਹੈ ਤੁਸੀਂ ਅਗਲੇ ਮੰਦਰ ਦੀ ਤਿਆਰੀ ਫੜ ਲਓ। ਐ ਮਿਕਾਇਲ ਸਰਕਾਰ ਜਿਹੜੇ ਕਿ ਤੁਹਾਨੂੰ ਉੱਥੇ ਜਿਹੜੇ ਜ਼ਿੰਦਾ ਸਨ? ਜ਼ਿੰਦਾ ਸੀ ਅੱਗੋਂ ਮੇਰੇ ਸਰਕਾਰ ਨੇ ਬਾਹ ਫੜਾਈ ਹੈ ਬਾਬਾ ਮੈਂ ਕਿਹਾ ਸਰਕਾਰ ਨੂੰ। ਅੱਛਾ ਅੱਛਾ ਅੱਛਾ। ਉਹਨੂੰ ਬਾਬਾ ਆਰਫ ਸਾਈ ਨੂੰ। ਠੀਕ ਹੈ। ਮੇਰੇ ਸਰਕਾਰ ਨੇ ਆਰਫ ਸਾਈ ਨੇ ਅੱਗੇ ਫਿਰ ਮੈਨੂੰ ਨਿਜ਼ਾਮ ਦੱਸਿਆ ਪੁੱਤਰ ਇਸ ਤਰ੍ਹਾਂ ਨਹੀਂ ਇੰਜ ਚੱਲਣਾ ਇਸ ਤਰ੍ਹਾਂ ਡੇਰੇਦਾਰੀ ਕਰਨੀ ਪੈਂਦੀ ਹੈ ਹਰ ਇੱਕ ਨਾਲ ਮੁਹੱਬਤ ਕਰੋ ਉਹਨੇ ਨਾਲ ਪਿਆਰ ਕਰੋ ਜੈਸਾ ਵੀ ਮਲੰਗ ਹੈ ਰੁਲਿਆ ਬੋਲਿਆ ਉਹਨੂੰ ਸੀਨੇ ਨਾਲ ਲਾਓ ਇਹ ਉਹਦੀ ਮੁਹੱਬਤ ਹੈ ਉਹ ਇਹ ਨਮਾਜ਼ ਇਨਸਾਨ ਦੀ ਮਲੰਗਗਿਰੀ ਮਲੰਗਗਿਰੀ ਕੀ ਚੀਜ਼ ਹੈਗੀ ਹੈ? ਮਲੰਗਗਿਰੀ ਹੈਗੀ ਹੈ ਇਨਸਾਨ ਦੇ ਅੰਦਰੋਂ ਸਾਫ਼ ਹੋਵੇ ਤਾਂ ਮਲੰਗਗਿਰੀ ਹੋਊਗੀ ਉਹ ਮਲੰਗ ਬਣ ਸਕਦਾ ਹੈ ਦਿਲ ਦੇ ਦਰਾਈ ਮਹਿਲ ਹੋਏਗੀ ਮਲੰਗ ਨਹੀਂ ਬਣੇਗਾ ਮਲੰਗ ਨਹੀਂ ਹੈ ਤੁਸੀਂ ਹਫ਼ਤਾ ਨਾ ਨਾ ਹੋ ਮਲੰਗ ਬਣ ਜਾਂਦਾ ਹਾਂ ਮੈਂ ਹੀ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਗੰਦੇ ਰਹਿਣਾ ਮਲੰਗੇ ਨਹੀਂ ਨਹੀਂ ਸਾਫ਼ ਉਹਦੀ ਤਾਂ ਜੈ ਕਿਸੇ ਹੋਰ ਚੀਜ਼ ਦਾ ਨਾਮ ਲਾਂਗੇ ਮਲੰਗ ਹੈਗਾ ਸਭ ਤੋਂ ਪਹਿਲਾਂ ਮਲੰਗ ਦੀ ਹੈ ਨਮਾਜ਼ ਹੈ ਆਪਣੇ ਰੱਬ ਦੇ ਘਰ ਜਾਵੇ ਠੀਕ ਹੈ ਸੁਬਹ ਤਜਦ ਦੀ ਨਮਾਜ਼ ਪੜ੍ਹੇ ਆਪਣੇ ਮਾਲਕ ਨੂੰ ਯਾਦ ਕਰੇ ਫਕੀਰੀ ਉਹਦੇ ਨਾਲ ਹੈ ਠੀਕ ਜਿਹੜਾ ਉਹ ਚੀਜ਼ ਨਹੀਂ ਨਾ ਕਰਦਾ ਮੈਂ ਉਹਨੂੰ ਮਲੰਗ ਹੀ ਨਹੀਂ ਸਮਝਦਾ ਸਹੀ ਹੋ ਗਿਆ ਭਾਵੇਂ ਅਸੀਂ ਮੈਂ ਕਿਉਂ ਨਹੀਂ ਹੈ ਠੀਕ ਹੋ ਗਿਆ ਯਾਨੀ ਕਿ ਤੁਸੀਂ ਤੁਹਾਡਾ ਕਹਿਣਾ ਵੇ ਕਿ ਨਮਾਜ਼ ਨਹੀਂ ਪੜ੍ਹਦਾ ਤੇ ਬੰਦਾ ਮਲੰਗ ਨਹੀਂ ਬਣ ਸਕਦਾ ਬੇਸ਼ੱਕ ਠੀਕ ਹੋ ਗਿਆ ਹੁਣ ਮੈਨੂੰ ਦੱਸੋ ਤੁਹਾਡੇ ਦਿਲ ਦੇ ਵਿੱਚ ਕਿਵੇਂ ਹੈ ਜਾਗਿਆ ਕਿ ਯਾਰ ਮੈਂ ਸਰਕਾਰ ਦੀ ਡਿਊਟੀ ਦਿਆਂ ਤੇ ਮੈਂ ਆਪਣਾ ਤਨ ਮਨ ਧਨ ਸਾਰਾ ਜਿਹੜਾ ਕੁਛ ਹੈਗਾ ਵੇ ਮੈਂ ਇਹਦੀ ਵਾਰ ਦੇਵਾਂ ਇਹ ਕਿਵੇਂ ਤੁਹਾਨੂੰ ਬੈਠੇ ਬੈਠਾ ਇਹ ਖਿਆਲ ਆਇਆ? ਇਹ ਖਿਆਲ ਹੈ ਆਇਆ ਮੇਰੇ ਆਪਣੇ ਦਾਦੇ ਤੋਂ ਮੇਰੀ ਫਕੀਰੀ ਮੇਰੇ ਘਰ ਦੇ ਮੇਰੇ ਦਾਦੇ ਹੋਰ ਕਦੀ ਦਰਬਾਰਾਂ ਤੇ ਨਹੀਂ ਗਏ ਰੱਬ ਨੂੰ ਮੰਨਣ ਵਾਲੇ ਸੀ। ਅੱਛਾ ਜੀ। ਹਕੀਮ ਸੀ ਮੇਰੇ ਦਾਦਾ ਜੀ ਭੁਆਨ ਸੀ ਭਾਬੀ ਸਨ ਨਹੀਂ ਨਹੀਂ ਅੱਛਾ ਸੁਣੀ ਹਮ ਅੱਛਾ ਅਲਹਮਦੁਲਿਲਾ ਤੋ ਸ਼ੇਖ ਅਬਾਸੀ ਹਮ ਹੈ। ਅੱਛਾ ਤੋ ਸਰਕਾਰ ਮੇਰਾ ਦਾਦਾ ਭੁਆਨ ਹੁੰਦੇ ਸੀ ਖਾੜੇ। ਅੱਛਾ ਜੀ। ਤੋ ਉਹਨਾਂ ਨੇ ਵਿੱਚ ਬਚਪਨ ਦੇ ਵਿੱਚ ਅਸੀਂ ਉਹਨਾਂ ਨੇ ਨਾਲ ਨਾਲ ਅਸੀਂ ਤੁਰੇ ਹੈ
अक्सर दरबारा चर्च चल रही होंगी लंगर लैके आयो लाया बंदे बिठाए ने पका रोटी पका खानी सामने भी कई लोग बैठे खवाना वे ਕਈ ਲੋਕ ਮੈਂ ਦੇਖੇ ਨਜਾਇਜ਼ ਫਰੋਸ਼ ਹੁੰਦੇ ਨੇ ਉਹ ਫਾਰਕ ਨੇ ਉਹ ਇੱਕ ਆੜ ਦੇ ਵਿੱਚ ਪੈਂਦੇ ਨੇ ਨਜਾਇਜ਼ ਆੜ ਚ ਹਾਂ ਮੈਂ ਹੀ ਤੁਹਾਨੂੰ ਪੁੱਛ ਲਉ ਉਹਨਾਂ ਦਾ ਕੀ ਕੰਮ ਹੁੰਦਾ ਉੱਥੇ ਉਹ ਦੇਖੋ ਜੀ ਜਿਹੜੇ ਹੋਣਗੇ ਨੇ ਐਵੇਂ ਜੋ ਕੈਟੇਗਰੀ ਆ ਉਹ ਉੱਥੇ ਬਾਣਗੇ ਜਿਹੜਾ ਸਾਫ ਸੁਥਰਾ ਮਲੰਗ ਹੋਏਗਾ ਉਹ ਆਪ ਕਹੇਗਾ ਹਾਂ ਬੇਟਾ ਕਿਨੂੰ ਮਿਲਣਾ ਚੱਲ ਆ ਜਾ ਬੈਠੇ ਹੋ ਉੱਥੇ ਮੇਰਾ ਮਤਲਬ ਜਿਹੜਾ ਸਾਫ ਹੋਏਗਾ ਨਾ ਡੇਰਾ ਉਹ ਆਪ ਕਹੇਗਾ ਪੁੱਤ ਤੂੰ ਕਿਨੂੰ ਮਿਲਣਾ ਚੱਲ ਆਪਣੇ ਡੇਰੇ ਤੇ ਜਿਹੜਾ ਆਪਣਾ ਘਰ ਦੇ ਜੀ ਹੋਣਗੇ ਅਸੀਂ ਉਹਨਾਂ ਕਹਾਂਗੇ ਬਿਸਮਿਲ੍ਲਾ ਆਮੀਨ ਹੋ ਕੇ ਬੈ ਕਿਉਂਕਿ ਉਹਦਾ ਪਤਾ ਵੀ ਇਹ ਸਾਫ ਹੈਗਾ ਉਹ ਨਾ ਬਦਨਾਮ ਕਿਦਾ ਉਹਦੇ ਆਪਣੇ ਸਰਕਾਰ ਦਾ अपने खर्चे तीन चलेगा अपना ਮਾੜਾ ਜਾਵੇ ਜੀ ਹਿਸਾਬ ਨਾਲ ਹੀ ਹੈ ਨਾ ਜਿੰਨੀ ਪਸਲੀ ਹੁੰਦੀ ਉਹਨਾਂ ਹਿਸਾਬ ਨਾਲ ਚਲਾ ਲੈਂਦਾ ਠੀਕ ਹੋ ਗਿਆ ਤੇ ਜਦੋਂ ਅੱਲਾ ਪਾਕ ਜਿਹੜਾ ਕੋਈ ਲੈ ਕੇ ਆਂਦਾ ਉਹ ਆਪਣੀ ਖੁਸ਼ੀ ਨਾਲ ਲਿਆ ਕੇ ਦਿੰਦਾ ਲੋਕੀ ਵੀ ਦੇ ਜਾਂਦੇ ਨੇ ਹਾਂਜੀ ਅੱਛਾ ਅੱਛਾ ਹੁਣ ਅਸੀਂ ਤੰਬੂ ਕਨਾਤਾ ਲਾਈਆਂ ਨੇ ਇੱਥੇ ਜੀ ਜੀ ਇਹ ਤੁਸੀਂ ਆਪਣੇ ਖਰਚੇ ਤੋਂ ਲਾਈਆਂ ਨਹੀਂ ਇਹ ਉਹਨਾਂ ਦਾ ਹੈਗਾ ਜੀ ਇਹ ਜਿਨ੍ਹਾਂ ਦਾ ਮੈਂ ਇੰਜ ਬੈਠਾ ਹੈ ਮੇਰਾ ਇੱਥੇ ਅੱਛਾ ਤੁਸੀਂ ਆਪਣੀ ਜਿਹੜੀ ਜਗ੍ਹਾ ਮਲੀ ਆ ਇਹਦਾ ਕੋਈ ਕਿਰਾਇਆ ਕਰੋ ਆ ਕੋਈ ਕਿਰਾਇਆ ਨਹੀਂ ਜੀ ਉਹ ਆਂਦੇ ਨੇ ਵੈਸੇ ਹੀ ਇਹਨਾਂ ਦੇ ਡੇਰੇਦਾਰ ਜਿਹੜੇ ਰਹਿੰਦੇ ਨੇ ਦਰਬਾਰ ਦੇ ਮੁਤੱਲੀ ਅੱਛਾ ਅੱਛਾ ਜੀ ਉਹ ਕੋਈ ਨਾ ਕੋਈ ਆਪਣਾ ਆਪਣਾ ਆਂਦੇ ਨੇ ਜੀ ਸਾਡੇ ਨਾਲ ਇੰਜ ਨਹੀਂ ਕਰਨਾ ਇੰਜ ਨਹੀਂ ਕਰਨਾ ਉਹ ਆਪਣਾ ਕੈਟਾਗਰੀ ਉਹਨਾਂ ਦੀ ਸਾਨੂੰ ਉਹਨਾਂ ਨਾਲ ਨਹੀਂ ਉਹ ਕਹਿਣਗੇ ਵੀ ਤਾਂ ਫਿਰ ਵੀ ਅਸੀਂ ਕਿਹਨਾਂ ਯਾਰ ਕੀ ਕਰਨਾ ਅਸੀਂ ਤਾਂ ਲੰਗਰ ਵੰਡਣ ਵਾਲੇ ਲੋਕ ਆ ਉਹ ਜਿਨ੍ਹਾਂ ਨੇ ਦੁਕਾਨਦਾਰੀ ਲਾਈ ਹੁੰਦੀ ਉਹ ਪੈਸੇ ਦਿੰਦੇ ਨੇ ਅੱਛਾ ਅੱਛਾ ਪੈਸੇ ਵੀ ਦੇ ਕੇ ਜਗ੍ਹਾ ਖਰੀਦੀ ਜਾਂਦੀ ਹੈ ਹਾਂਜੀ ਹਾਂਜੀ ਠੀਕ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਨਹੀਂ ਜੀ ਨਹੀਂ ਅਸੀਂ ਕਹਿੰਦੇ ਕਿਸੇ ਕੋ ਬਦਨਾਮ ਨਹੀਂ ਕਰਨਾ ਹਮਨੇ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਬਾਜੀ ਕੀ ਨਾਮ ਹੈ ਤੁਹਾਡਾ ਕੀ ਹਾਲ ਬੇਟਾ ਮੇਰਾ ਨਾਮ ਨਹੀਂ ਹੈਗਾ ਕੋਈ ਵੀ ਜ਼ੈਨਬ ਹੈ ਵੈਸੇ ਮੈਨੂੰ ਸਾਰੇ ਮਾਂ ਜੀ ਆਂਦੇ ਨੇ ਅੱਛਾ ਮਾਂ ਜੀ ਮੈਂ ਵੀ ਤੁਹਾਨੂੰ ਮਾਂ ਜੀ ਕਹਿਣਾ ਵਾ ਕਹਿ ਲਵਾਂ ਕੋਈ ਮਸਲਾ ਤੇ ਨਹੀਂ ਜੀ ਅੱਛਾ ਮਾਂ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਇੱਧਰ ਵੇਸ਼ੀ ਲੈਣ ਦੇ ਵਿੱਚ ਮੈਂ ਦੇਖਿਆ ਕਿ ਸਾਰੇ ਮਲੰਗ ਬੈਠੇ ਨੇ ਤੁਸੀਂ ਵੀ ਇੱਥੇ ਬੈਠੇ ਹੋ ਕਿ ਤੁਸੀਂ ਵੀ ਮਲੰਗ ਹੋ ਨਹੀਂ ਮਲੰਗ ਅੱਛਾ ਜੀ ਮੈਂ ਨਾ ਸੇਵਾ ਵਿੱਚ ਸਰਕਾਰ ਦੇ ਤੇ ਲਾਲ ਸ਼ਾਹ ਨਹੀਂ ਸਰਕਾਰ ਹੈ ਅੱਛਾ ਜੀ ਇਹ ਬਾਬਾ ਮੋਜ ਦਰਿਆ ਜੀ ਅੱਛਾ ਜੀ ਸਰਕਾਰ ਦੇ ਤੇ ਬਾਬਾ ਬੱਗਾ ਸ਼ੇਰੇ ਮਲਤਾਨ ਅੱਛਾ ਜੀ ਅਸੀਂ ਉਹਦੇ ਬੈਤ ਆ ਤੇ ਪਾਟੀ ਨਹੀਂ ਦਾਦਾ ਸਾਹਿਬ ਮੱਕੀ ਸ਼ਾਹ ਦਰਬਾਰ ਸਰਕਾਰ ਤੋਂ ਤੇ ਮੇਰੇ ਵਾਲਦ ਨੇ ਮੱਕੀ ਪੀ ਹੈ ਜੀ ਪੀਰ ਮੱਕੀ ਸਾਹਿਬ ਨੂੰ ਤੁਹਾਡੇ ਵਾਲਦ ਨੇ ਜੀ ਅੱਛਾ ਅੱਛਾ ਤੁਸੀਂ ਉਹਨਾਂ ਦੀ ਬੇਟੀ ਭਾਈ ਨੇ ਉਹਨਾਂ ਦੀ ਬੇਟੀ ਹਾਂ ਮੈਂ ਅੱਛਾ ਅੱਛਾ ਪੀਰ ਮੱਕੀ ਸਾਹਿਬ ਦੀ ਅੱਛਾ ਅੱਛਾ ਬਾਬਾ ਬਰਕਤ ਦੀ ਧੀ ਹਾਂ ਮੈਂ ਅੱਛਾ ਬਾਬਾ ਬਰਕਤ ਸਾਹਿਬ ਪਾਟੀ ਜਿਹੜਾ ਉੱਤੇ ਲਵਾਰੀ ਹਾਂਜੀ ਹਾਂਜੀ ਮੱਕੀ ਦੇ ਸਾਹਮਣੇ ਅੱਛਾ ਬਾਬਾ ਮੌਦਦ ਦਰਿਆ ਸਰਕਾਰ ਉਹ ਵੀ ਅੱਛਾ ਉਹਨਾਂ ਦੀ ਬੇਟੀ ਹੋ ਤੁਸੀਂ ਅੱਛਾ ਤੁਸੀਂ ਕਿਵੇਂ ਆਏ ਹੋ ਇਸ ਲਾਈਨ ਦੇ ਵਿੱਚ ਮੈਂ ਬਸ ਮੇਰਾ ਬਾਈ ਫਕੀਰੀ ਜੀ ਸਨ ਅੱਛਾ ਮੈਨੂੰ ਅੱਗੋਂ ਥਾਪੜਾ ਦੇ ਗਏ ਅੱਛਾ 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 ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਯਾਨੀ ਕਿ ਬਚਪਨ ਤੋਂ ਹੀ ਫਿਰ ਇਹੀ ਕੰਮ ਦੇ ਵਿੱਚ ਹੀ ਹੋ ਬਚਪਨ ਤੋਂ ਉਹਨਾਂ ਨੇ ਮੈਨੂੰ ਪਾਤਾ ਹੈ ਤੇ ਕੋ ਤੁਹਾਡੇ ਬੱਚੇ ਬੁੱਚੇ ਬੱਚੇ ਵੀ ਹੈ ਨੇ ਅੱਛਾ ਮਾਸ਼ਾਅੱਲਾ ਇੱਕ ਬੇਟੀ ਹੈ ਅੱਛਾ ਜੀ ਤੇ ਦੋ ਬੇਟੇ ਨੇ ਅੱਛਾ ਤੇ ਉਹ ਵੀ ਇੱਥੇ ਪਾਰਟੀ ਤੁਹਾਡੇ ਨਾਲ ਹੀ ਰਹਿੰਦੇ ਨੇ ਇਹ ਮੈਂ ਇੱਥੇ ਆ ਅੱਛਾ ਉਹ ਗੋਜਰੇ ਬੜਾ ਚੰਦ ਜਿੱਥੇ ਘਰ ਨਹੀਂ ਆਪਣਾ
ਮਲੰਗ ਨੇ ਨਾਰਮਲ ਜ਼ਿੰਦਗੀ ਗੁਜ਼ਾਰ ਬਾਬਾ ਬੱਗੇ ਸ਼ੇਰ ਦੇ ਮਰੀਜ਼ ਹੋ ਗਏ ਸੀ ਤੇ ਮੈਂ ਜਵਾਨੀ ਦੇ ਵਿੱਚ ਨਾ ਮੇਰੇ ਵਾਲਦ ਨੇ ਇਧਰੋਂ ਵੀ ਬਾਬਾ ਬੱਗੇ ਸ਼ੇਰ ਤੋਂ ਇਧਰੋਂ ਮੇਰੇ ਅੱਬਾ ਜੀ ਦੀ ਫਕੀਰੀ ਸੀ ਅੱਛਾ ਮੋਦੀ ਦੀ ਸਰਕਾਰ ਨੇ ਸਾਰੇ ਹੀ ਅੱਛਾ ਹਾਂ ਉਦੋਂ ਇੰਡੀਆ ਤੋਂ ਆਏ ਆ ਸੀ ਅੱਛਾ ਤੁਸੀਂ ਪਿੱਛੋਂ ਇੰਡੀਆ ਤੋਂ ਹੀਗੇ ਮਾਜਰ ਹੀਗੇ ਹੋ ਹਾਂ ਠੀਕ ਹੈ ਇੱਥੇ ਆ ਕੇ ਕਲਮੇ ਪੜੇ ਨੇ ਅੱਛਾ ਸਰਕਾਰਦਾਰਾ ਸਾਹਿਬ ਨੇ ਮੇਰੇ ਨੇ ਪੜਾਇਆ ਅੱਛਾ 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 ਤੇ ਸਰਕਾਰ ਦੇ ਆ ਕੇ ਤੁਸੀਂ ਕਲਮਾ ਪੜਿਆ ਠੀਕ ਹੋ ਗਿਆ ਤੇ ਹੁਣ ਆਪਣੀ ਅੱਗੇ ਜ਼ਿੰਦਗੀ ਦਾ ਕੀ ਹੈਗਾ ਵੇ ਕਿ ਸਾਰੀ ਜ਼ਿੰਦਗੀ ਇੰਜ ਗੁਜ਼ਾਰਨੀ ਹੈ ਜਾਂ ਬੱਚਿਆਂ ਬੁੱਚਿਆਂ ਕੋਲ ਚਲੇ ਜਾਓਗੇ ਹੁਣ ਨਹੀਂ ਇੱਥੇ ਸਰਕਾਰ ਦੇ ਸਰਕਾਰ ਦੇ ਰਹੋਗੇ ਇੱਥੇ ਹੀ ਹੁੰਦੇ ਹੋ ਹਰ ਟਾਈਮ ਨਹੀਂ ਹਰ ਜੁਮੇਰਾਤ ਨਹੀਂ ਹਰ ਜੁਮੇਰਾਤ ਨੂੰ ਤੁਸੀਂ ਇੱਥੇ ਆ ਕੇ ਹਾਜ਼ਰੀ ਦਿੰਦੇ ਹੋ ਅੱਛਾ ਮਾਜੀ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਫਕੀਰੀ ਲੈਣ 'ਚ ਆਏ ਹੋ ਉਹ ਜ਼ਿੰਦਗੀ ਅਤੇ ਪਹਿਲੀ ਜ਼ਿੰਦਗੀ ਦੇ ਵਿੱਚ ਕੀ ਫਰਕ ਸੀ ਬਸ ਉਦੋਂ ਵੀ ਮੇਰਾ ਇੰਜੀ ਸੀ ਅਤੇ ਬੱਚੇ ਮੇਰੇ ਛੋਟੇ ਛੋਟੇ ਸੀ ਅਤੇ ਸਰਕਾਰ ਮੇਰੇ ਉਦੋਂ ਹੀ ਬਹਿੰਦੇ ਸੀ ਬਾਬਾ ਮੋਦੀ ਦਰਿਆ ਸਰਕਾਰ ਨੇ ਹਾਂਜੀ ਦਾਦਾ ਸਾਹਿਬ ਸਰਕਾਰ ਯਾਰ ਨਹੀਂ ਦਿੰਦਾ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਲਮਾ ਕੀ ਹੁੰਦਾ ਅੱਛਾ 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 ਤੁਸੀਂ ਯਾਨੀ ਕਿ ਸ਼ਾਦੀ ਤੋਂ ਬਾਅਦ ਇਸ ਲਾਈਨ 'ਚ ਆਏ ਹੋ ਨਹੀਂ ਮੇਰਾ ਪਹਿਲਾਂ ਮੇਰੇ ਬਾਪ ਨੇ ਕੀਤਾ ਜਦੋਂ ਨਹੀਂ ਹੜ੍ਹ ਆਇਆ ਪਾਣੀ ਆਇਆ ਨਹੀਂ ਇੱਧਰ ਅੱਛਾ ਜੀ ਸਲਾਬ ਆਇਆ ਸੀ ਲਿਆ ਹਾਂਜੀ ਅੱਛਾ ਉਦੋਂ ਦੇ ਢਾੜੇਵਾਲ ਸਾਹਿਬ ਇਹਨਾਂ ਦੇ ਹੋ ਗਏ ਨੇ ਹਾਂ ਮੇਰੇ ਬਾਈ ਯਾਨੀ ਕਿ ਇਹਨਾਂ ਦਾ ਨਾਮ ਮੋਜ ਦਰਿਆ ਇਸ ਤੋਂ ਪਾਇਆ ਗਿਆ ਕਿ ਇੱਧਰ ਪਾਣੀ ਆਇਆ ਸੀ ਤੇ ਇਹਨਾਂ ਨੇ ਹੱਥਾਂ ਨਾਲ ਪਾਣੀ ਰੋਕ ਲਿਆ ਸੀ ਰਾਵੀ ਦਰਿਆ ਇਸ ਦੇ ਹੱਥਾਂ ਰੋਕ ਲਿਆ ਸੀ ਅੱਛਾ 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 ਕੌਣ ਇਹ ਲੋਕ ਕਹਾਂ ਸੇ ਆਤੇ ਹੈ ਬਾਬਾ ਬਰਕਤ ਸਾਹਿਬ ਇਹਨਾਂ ਦੇ ਵਾਲਦ ਸਾਹਿਬ ਨੇ ਔਰ ਉਹਨਾਂ ਦਾ ਕਹਿਣਾ ਵੇ ਕਿ ਉਹ ਬਾਬਾ ਮੋਜ ਦਰਿਆ ਦੇ ਉਦੋਂ ਮਰੀਦ ਹੋਏ ਸਨ ਜਦੋਂ ਕਿ ਸਲਾਬ ਆਇਆ ਸੀ ਤੇ ਬਾਬਾ ਮੋਜ ਦਰਿਆ ਸਾਹਿਬ ਨੇ ਹੱਥਾਂ ਨਾਲ ਉਹ ਸਲਾਬ ਰੋਕ ਲਿਆ ਸੀ ਐਂਜੀ ਭਾਜੀ ਉਦੋਂ ਤੁਹਾਡੇ ਵਾਲਦ ਸਾਹਿਬ ਇਹਨਾਂ ਦੇ ਮਰੀਦ ਹੋ ਗਏ ਸਨ ਫਿਰ ਉਸ ਤੋਂ ਬਾਅਦ ਤੁਸੀਂ ਮਰੀਦ ਹੋ ਗਏ ਬਾਬਾ ਛਤਰੀ ਵਾਲੇ ਸਰਕਾਰ ਬਾਬਾ ਛਤਰੀ ਵਾਲੇ ਸਰਕਾਰ ਉਹ ਤੁਹਾਡੇ ਕੀ ਲੱਗਦੇ ਨੇ ਪੀਰ ਭਾਈ ਨੇ ਅੱਛਾ ਵੀ ਉਹ ਇਹਨਾਂ ਦੇ ਵਾਲਦ ਸਾਹਿਬ ਦੇ ਪੀਰ ਭਾਈ ਨੇ ਅੱਛਾ ਭਾਈ ਸਾਹਿਬ ਮੈਨੂੰ ਗੱਲ ਦੱਸੋ ਕਿ ਤੁਸੀਂ ਪਕੌੜੇ ਬਣਾ ਰਹੇ ਹੋ ਤੇ ਇਹ ਸਾਦੇ ਹੀ ਨੇ ਕਿ ਕਿਤੇ ਭੰਗ ਵਾਲੇ ਦੇ ਨਹੀਂ ਸਾਰਾ ਭੰਗ ਵਾਲੇ ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਪਾਉਂਦੇ ਨੇ ਸ਼ਰੀਫ ਆਦਮੀ ਨਹੀਂ ਕੋਈ ਪਾਉਂਦਾ ਅੱਛਾ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਾਦੇ ਪਕੌੜੇ ਨੇ ਹਾਂਜੀ ਕਿਉਂਕਿ ਅਕਸਰ ਦਰਬਾਰਾਂ ਤੇ ਜਾਂ ਮਲੰਗਾਂ ਤੇ ਡੀਰਿਆਂ ਤੁਹਾਨੂੰ ਪਤਾ ਨਾ ਕਿ ਇਹੋ ਚੀਜ਼ ਚੱਲਦੀ ਤੇ ਮੈਂ ਕਹਿੰਦਾ ਤੁਹਾਡੇ ਨਾਜ਼ਰੀ ਨਹੀਂ ਗਏ ਨੇ ਉਹਨਾਂ ਨੂੰ ਕਲੀਅਰ ਕਰ ਦਈਏ ਕਿ ਇਹ ਭੰਗ ਵਾਲੇ ਨੇ ਜਾਂ ਸਾਦੇ ਨੇ ਵੈਸੇ ਕੰਮ ਹੋਣਾ ਨਹੀਂ ਚਾਹੀਦਾ ਜਿਗੋ ਕਹਿ ਰਿਜ਼ਕ ਹੈ ਬਿਲਕੁਲ 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 ਸਹੀ ਕਹਿ ਰਹੇ ਹੋ ਇਹ ਖਲਾਕ ਦੇ ਨਾਲ ਚੱਲੇ ਹੋਗੇ ਤਾਂ ਫਕੀਰ ਉਹਨਾਂ ਨਾਲ ਪਿਆਰ ਕਰਦਾ ਜ਼ਬਰਦਸਤ ਲੋ ਜੀ ਨਾ ਤੁਸੀਂ ਨਸ਼ੇ ਦੇ ਚੱਕਰਾਂ 'ਚ ਇਹ ਚੀਜ਼ ਪਾਓਗੇ ਉਹ ਗੁਨਾਹਗਾਰ ਹੁੰਦਾ ਉਹ ਮਲੰਗ ਨਹੀਂ ਕਰਾਇਆ ਜਾਂਦਾ ਸਹੀ ਹੋ ਗਿਆ ਲੋ ਜੀ ਨਾਜ਼ਰੀਨ ਤੁਸੀਂ ਦੇਖ ਰਿਹਾ ਵੇ ਕਿ ਅਕਸਰ ਤੁਸੀਂ ਸੁਣਿਆ ਹੋਏਗਾ ਕੋਈ ਐਸਾ ਬੰਦਾ ਨਹੀਂ ਜਿਹਨੇ ਸੁਣਿਆ ਹੋਵੇ ਕਿ ਭੰਗ ਵਾਲੇ ਪਕੌੜੇ ਹੁੰਦੇ ਨੇ ਔਰ ਅਕਸਰ ਮਲੰਗਾਂ ਦੇ ਡੇਰਿਆਂ 'ਚ ਚੱਲਦੇ ਨੇ ਲੇਕਿਨ ਇਹ ਮਲੰਗ ਦਾ ਡੇਰਾ ਮੈਂ ਤੁਹਾਨੂੰ ਦੱਸਿਆ ਵੇ ਇੱਥੇ ਭਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਕੋਈ ਭੰਗ ਵਾਲਾ ਪਕੌੜਾ ਨਹੀਂ ਬਲਕਿ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਖੁਦ ਖਾਓ ਅਸੀਂ ਖੁਦ ਖਾ ਕੇ ਚੈੱਕ ਕੀਤੇ ਨੇ ਕੋਈ ਭੰਗ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਤੇ ਕਹਿਣ ਦਾ ਮਤਲਬ ਸਿਰਫ ਇਹ ਹੈਗਾ ਵੇ ਕਿ ਹਰ ਜਗ੍ਹਾ ਜਿਹੜੀ ਨਾ ਉਹ ਇੱਕੋ ਜਿਹੀ ਨਹੀਂ ਹੁੰਦੀ